दोस्तों तुसी वेख रहे हो वतन टीवी प्रोग्राम ते हुण समा हुंदा है साडे सैगमेंट वतन डायरी दा। पिछले दिनी पंजाबी कल्चरल एसोसीएशन वल्लों अपना 14वां मेला मावां धीआं दा मनाया गया। आओ वेखदे हां उस मेले दे कुछ क्लिप्स। Mother's Day ਸਾਰੀਆਂ ਭੈਣਾਂ ਨੂੰ ਮਾਵਾਂ ਨੂੰ ਵੀਰਾਂ ਸਭ ਨੂੰ ਬਹੁਤ ਬਹੁਤ ਮਦਰ ਡੇ ਦੀ ਵਧਾਈ। ਪਰ ਮੇਰੀ ਸੋਚ ਇਹ ਹੈ ਕਿ ਐਵਰੀ ਡੇ ਇਜ਼ ਮਦਰ ਡੇ, ਹਰ ਇੱਕ ਦਿਨ ਮਦਰ ਡੇ ਹੈ। ਸਵੇਰੇ ਉੱਠਦੇ ਆ ਪਹਿਲਾਂ ਮਾਂ ਦੇ ਦਰਸ਼ਨ ਹੋ ਜਾਣ ਤਾਂ ਰੱਬ ਦੇ ਜਾਂਦਾ। ਮਾਵਾਂ ਤੇ ਧੀਆਂ ਦੀ ਦੋਸਤੀ ਨਿਮਾਏ ਕੋਈ ਨਿਭਦੀ ਸਹੇਲੀਆਂ ਦੇਵਾ निकल का निसरिया तिया क्यों विसरिया माए दूरों ते आई सां चल के निमाए तेरे दर विच रहिया गलो। पिछली बार दी तरह इस बार भी यह कैपलेनो कॉन्फ्रेंस सेंटर दे विच इसका प्रबंध किया गया वा। पंजाबी कल्चर एसोसीएशन ऑफ अलबर्टा वालों 14वां यह सभ्याचारक मेला वा जी। ये दस्या जाता भी किमें मामा ते धीआं दा, क्योंकि मदरस डे अज अज 13 तरीक नूं, इस करके स्पैशल उस डे दे उपर रख्या गया वा मदरस डे ते मेला मामा ते धीआं दा, जिहदे विच साडियां बजुर्ग मातावां वल्लियों बहुत सोहणियां स्किटां कह सकदे हां जां जिहड़े पुराने लंबे गीत हुंदे आ उहनां नूं पेश कीता जांदा आ। कुड़ियां वालों गिद्धे बहुत पेश किए जाते आ, देखो छोटिया बच्चियों वालों डांस पंजाबी गीतों उपर डांस कह सकते हैं, भंगड़े गिद्धे लाइव बोलियां जिहड़ियां इहदे मेन खिच दा कारण हुंदा। एंड ते जिहड़ा ओपन फ्लो डांस होना वा उहदे विच बीबियां वल्लों भैणां वल्लों लाइव बोलियां पाईआं जांदियां ने। Yeah.
ਲੱਗਿਆ ਏ ਨੱਚ ਕੇ ਤਾਂ ਦਿਖਾਓ ਵੀ ਅਸੀਂ ਨੱਚਾਂਗੀਆਂ ਵੀ ਤੇ ਗਾਵਾਂਗੀਆਂ ਵੀ ਪਰ ਜੇ ਸੰਧਾਰਾ ਦੇਵੇ ਤਾਂ ਨੀ ਉਹ ਵੀ ਦੇ ਦਿਆਂਗੇ ਅਸੀਂ ਤਾਂ ਹਿਲਕਦਾ ਸੂਟ ਸੋਨੇ ਦੀਆਂ ਵਾਲੀਆਂ ਤੇ ਸਾਡਾ ਲੈਣਾ ਏ ਖੋਤੇ ਦੇ ਕੰਨ ਚਿੱਟਾ ਨੀ ਦੇਵਾਂਗੇ ਦੇਵਾਂਗੇ ਪਹਿਲਾਂ ਨੱਚ ਕੇ ਤਾਂ ਦਿਖਾਓ ਨੀ ਅਸੀਂ ਨੱਚਾਂਗੀਆਂ ਪਰ ਜੇ ਸਾਰੀਆਂ ਸਾਥ ਦੇਣਗੀਆਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਇਸ ਵਾਰੀ ਵੀ ਨਹੀਂ ਪਹੁੰਚ ਸਕੇ ਜ਼ਰੂਰ ਗਾਂ ਦੀ ਵਾਰੀ ਨੂੰ ਪਹਿਲਾਂ ਹੀ ਆਪਦਾ ਮਨ ਬਣਾ ਕੇ ਰੱਖੋ ਵੀ ਆਪਾਂ ਪੰਜਾਬੀ ਕਲਚਰ ਐਸੋਸੀਏਸ਼ਨ ਆਫ ਫੁਲਵਾਟਾ ਵੱਲੋਂ ਜਿਹੜਾ ਮੇਲਾ ਮਾਵਾਂ ਤੇ ਧੀਆਂ ਦਾ ਕਰਵਾਇਆ ਜਾਂਦਾ ਉਹਦੇ ਵਿੱਚ ਅਸੀਂ ਹੁੰਮ ਹਵਾ ਕੇ ਪਹੁੰਚੀਏ ਜੀ। ਅੱਜ ਬੜਾ ਖੁਸ਼ੀ ਦਾ ਮੌਕਾ ਹੈ, ਤੀਆਂ ਦਾ ਮੇਲਾ ਜਿਹੜਾ ਕੈਪੀਲੈਨੋ ਕਾਨਫਰੰਸ ਸੈਂਟਰ 'ਚ ਮਨਾਇਆ ਜਾ ਰਿਹਾ ਹੈ ਔਰ ਇਹਦੇ ਨਾਲ ਨਾਲ ਹੀ ਜਿਹੜੇ ਪ੍ਰਮੋਟਰ ਨੇ ਕੈਪੀਲੈਨੋ ਕਾਨਫਰੰਸ ਸੈਂਟਰ ਦੇ ਰਾਜ ਸ਼ਰਮਾ, ਸ਼ੇਰ ਧਾਲੀਵਾਲ ਔਰ ਸੰਨੀ ਅਗਰਵਾਲ ਜੀ ਨੇ ਦੱਸਿਆ ਕਿ ਇਹ ਸਾਨੂੰ ਮਾਣ ਦੀ ਗੱਲ ਹੈ ਕਿ ਅੱਜ ਪਹਿਲੇ ਦਿਨ ਸਾਡਾ ਓਪਨ ਹੋਇਆ ਔਰ ਓਪਨ ਵੀ ਤੀਆਂ ਦੇ ਮੇਲੇ ਨਾਲ ਹੋਇਆ। ਉਹਨਾਂ ਨੇ ਕਿਹਾ ਕਿ ਸਾਰੇ ਭਾਈਚਾਰੇ ਨਾਲ ਅਸੀਂ ਵੱਧ ਚੜ੍ਹ ਕੇ ਖੜ੍ਹੇ ਹਾਂ, ਕਦੀ ਵੀ ਕੋਈ ਸੇਵਾ ਹੋਏ ਅਸੀਂ ਮੋਢੇ ਨਾਲ ਮੋਢਾ ਲਾਵਾਂਗੇ। ਜਿੱਦਾਂ ਸਾਨੂੰ ਸਾਡੇ ਭਾਈਚਾਰੇ ਨੇ ਹੁੰਗਾਰਾ ਦਿੱਤਾ ਉਹਦੇ ਨਾਲ ਨਾਲ ਅਸੀਂ ਜਿੰਨੀ ਵੀ ਚੈਰਿਟੀ ਕਰ ਸਕੀਏ ਉਹ ਸਭ ਤੋਂ ਜ਼ਿਆਦਾ ਕਰਾਂਗੇ। ਔਰ ਇਹਦੇ ਨਾਲ ਇਹ ਵੀ ਦੱਸਿਆ ਮੈਨੂੰ ਅੱਜ ਰਾਜ ਸ਼ਰਮਾ ਜੀ ਨੇ ਕਿ ਇਹਨਾਂ ਦੀ ਜਿਹੜਾ ਕੈਪੀਲੈਨੋ ਕਾਨਫਰੰਸ ਸੈਂਟਰ ਹੈਗਾ ਉਹਦੀ 1200 ਦੀ ਕਪੈਸਿਟੀ ਹੈ ਔਰ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਕੋਈ ਵੀ ਫੰਕਸ਼ਨ ਜਿਹੜਾ ਹੈਗਾ ਇੱਥੇ ਵੱਧ ਚੜ੍ਹ ਕੇ ਸਿੱਕੇਬੰਦ ਤਰੀਕੇ ਨਾਲ ਕਰਿਆ ਜਾ ਸਕਦਾ। ਸੋ ਸਾਰੇ ਹੀ ਭਾਈਚਾਰੇ ਨੂੰ ਤੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ।